ਪੀਐਮ ਨਰਿੰਦਰ ਮੋਦੀ ਅੱਜ ਤੋਂ 3 ਦਿਨਾਂ ਗੁਜਰਾਤ ਦੌਰੇ ਤੇ ਨੇ। ਉਹ ਵਾਈਬ੍ਰੇਟ ਗੁਜਰਾਤ ਵਿਸ਼ਵ ਸੰਮੇਲਨ ਦੇ 9ਵੇਂ ਪੜਾਅ ਦਾ ਉਦਘਾਟਨ ਕਰਨਗੇ। ਇਸ ਸੰਮੇਲਨ ਵਿੱਚ ਕਈ ਦੇਸ਼ਾਂ ਦੇ ਕਾਰੋਬਾਰੀ ਵਫਦ ਹਿੱਸਾ ਲੈ ਰਹੇ ਨੇ, ਪਰ ਇਸ ਵਿੱਚ ਪਾਕਿਸਤਾਨ ਸ਼ਾਮਿਲ ਨਹੀਂ ਹੋਵੇਗਾ। ਇਸ ਸੰਮੇਲਨ ਦਾ ਆਯੋਜਨ ਗਾਂਧੀ ਨਗਰ ਵਿੱਚ 18 ਤੋਂ 20 ਜਨਵਰੀ ਤੱਕ ਕੀਤਾ ਜਾ ਰਿਹਾ ਹੈ।